ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਭੂਮੀ ਅਧਿਗ੍ਰਹਿਣ ਦੇ ਮੁੱਦੇ ਤੇ ਅਸੀਂ ਆਪਣੇ ਪੈਨਲ ਤੇ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਅੱਜ ਦੂਜੇ ਪੜਾਅ ਦੀ ਚਰਚਾ 'ਚ ਸ਼ਾਮਲ ਹੋਣ ਲਈ ਦਵਿੰਦਰ ਸ਼ਰਮਾ ਜੀ ਔਰ ਡਾਕਟਰ ਗਿਆਨ ਸਿੰਘ, ਮੈਂ ਆਪਣੇ ਦੋਨਾਂ ਮਹਿਮਾਨਾਂ ਦਾ ਮੁੜ ਧੰਨਵਾਦੀ ਹਾਂ। ਜਿੱਦਾਂ ਅਸੀਂ ਪਹਿਲੇ ਪੜਾਅ ਦੀ ਚਰਚਾ 'ਚ ਕੀ ਅਹਿਮ ਮੁੱਦੇ ਉਠਾਏ ਹੈ, ਉਸ ਚਰਚਾ ਦੇ ਦੌਰਾਨ ਹੀ ਕਈ ਅਹਿਮ ਸਵਾਲ ਉੱਠੇ ਹੈ ਜਿਹੜੀ ਅਸੀਂ ਦੂਜੇ ਪੜਾਅ ਦੀ ਚਰਚਾ 'ਚ ਲਵਾਂਗੇ। ਡਾਕਟਰ ਸਾਹਿਬ, ਜਦੋਂ ਆਪਾਂ ਜ਼ਿਕਰ ਕਰ ਰਹੇ ਸੀ ਇਸ ਮੁੱਦੇ 'ਤੇ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਉਸ ਨੂੰ ਵੀ ਜੇ ਲਾਗੂ ਕੀਤਾ ਜਾਵੇ ਤਦ ਵੀ ਜਿਹੜੀ ਕਿਸਾਨ ਦੀ ਹਾਲਤ ਪੂਰੀ ਤਰ੍ਹਾਂ ਸੁਧਰ ਨਹੀਂ ਸਕਦੀ। ਮੈਂ ਇੱਕ ਉਦਾਹਰਨ ਦਿੰਦਾ ਜੀ, ਨਫੇ ਤੋਂ ਘਾਟੇ ਵਾਲੀ ਬਣ ਜੂਗੀ, ਪਰ ਜੇ ਇੱਕ ਕਿਸਾਨ ਦਾ ਪੂਰੇ ਦੇਸ਼ ਦੇ ਪੱਧਰ 'ਤੇ ਇਹ 40,000 ਕੋਸਟ ਆਫ ਪ੍ਰੋਡਕਸ਼ਨ ਹੈ ਅਤੇ ਉਹਨੂੰ ਅਸੀਂ ਜਿਹੜਾ 50% ਨਫਾ ਦੇਵਾਂਗੇ ਉਹ ਹੋਜੂਗਾ 20%। ਜੀ ਜੀ, 5 ਜੀਆਂ ਦਾ ਪਰਿਵਾਰ ਹੈ, 20,000 ਜਿਹੜਾ ਨਫਾ ਹੋਊਗਾ ਉਹ 2,000 ਰੁਪਏ ਮਹੀਨੇ ਤੋਂ ਘੱਟ ਗਿਆ। ਇਸ ਲਈ ਇਕੱਲੀਆਂ ਕੀਮਤਾਂ ਨਾਲ ਗੱਲ ਨਹੀਂ ਬਣਨੀ ਹੈਗੀ 50% ਨਾਲ, ਸਾਨੂੰ ਉਹਨਾਂ ਨੂੰ ਇੰਨੀਆਂ ਕੀਮਤਾਂ ਜਾਂ ਸਹੂਲਤਾਂ ਜਾਂ ਰਾਇਤਾਂ ਦੇਣੀਆਂ ਪੈਣਗੀਆਂ ਕਿ ਉਹਨਾਂ ਦੀਆਂ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ, ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਪੂਰੀਆਂ ਹੋ ਜਾਣ ਜੀ। ਅਤੇ ਕੁਛ ਕੁ ਸਾਡੇ ਅਰਥ ਵਿਗਿਆਨੀ ਨੇ ਜਿਵੇਂ ਡਾਕਟਰ ਸੁੱਚਾ ਸਿੰਘ ਗਿੱਲ ਨੇ, ਉਹ ਆਪਦੇ ਇੱਕ ਲੇਖ 'ਚ ਲਿਖਦੇ ਨੇ ਕਿ ਭਾਰਤ 'ਚ 10 ਏਕੜ ਤੋਂ ਘੱਟ ਖੇਤੀ ਲਾਹੇਵੰਦ ਨਹੀਂ ਹੈਗੀ ਅਤੇ 10 ਏਕੜ ਜ਼ਮੀਨ ਉਹਨਾਂ ਮੁਤਾਬਕ 5.2% ਕਿਸਾਨਾਂ ਕੋਲ ਹੈ, ਹੈ ਨਾ। ਇਹਦੀ ਜੇ ਇੰਪਲੀਕੇਸ਼ਨ ਅਸੀਂ ਲਈਏ ਕਿ ਇਸ ਲਈ ਅਸੀਂ ਮਤਲਬ ਇਹਨਾਂ ਕਿਸਾਨਾਂ ਨੂੰ ਇੱਥੋਂ ਕੱਢ ਦਈਏ, ਜਿਹੜੀ ਗੱਲ ਪਹਿਲਾਂ ਕਰ ਰਹੇ ਸੀ ਜੀ ਜੀ ਨਾ, ਕੱਢਣ ਦਾ ਕੋਈ ਰੌਲਾ ਨਹੀਂ। ਜੇ ਅਸੀਂ ਜਾਪਾਨ ਦੀ ਗੱਲ ਦੇਖੀਏ, ਉੱਥੇ ਬਹੁਤੇ ਲੋਕਾਂ ਕੋਲ 1 ਚੌ ਜ਼ਮੀਨ ਹੈ ਜਿਹੜੀ 2.5 ਏਕੜ ਹੈ, ਅਤੇ ਜੇ ਉਹ ਉੱਥੇ ਕਾਮਯਾਬ ਹੋ ਸਕਦੀ ਹੈ ਤਾਂ ਸਾਨੂੰ ਸਰਕਾਰੀ ਨੀਤੀਆਂ ਨਾਲ ਛੋਟੇ ਫਾਰਮ ਵੀ ਕਾਮਯਾਬ ਹੋ ਸਕਦੇ ਨੇ, ਸਬਸਿਡੀਆਂ ਦੇ ਕੇ ਜਾਂ ਭੂਮੀ ਸੁਧਾਰ ਕਰਕੇ। ਇਹ ਨਹੀਂ ਕਿ ਮਤਲਬ 10 ਏਕੜ ਨਾਲੇ ਸਾਡੇ ਮਤਲਬ ਚੱਲੂ ਗੱਲ, ਉਹਦਾ ਗੱਲ ਹੈ ਕਿ ਸਰਕਾਰੀ ਨੀਤੀਆਂ ਕਿੱਥੇ ਨੇ। ਉਸ ਤੋਂ ਬਿਨਾਂ ਡਾਕਟਰ MS ਸਵਾਮੀਨਾਥਨ ਦੀ ਜਿਹੜੀ ਦੂਜੀ ਰਿਕਮੈਂਡੇਸ਼ਨ ਹੈਗੀ ਉਹ ਰੇਟ ਆਫ ਇੰਟਰਸਟ ਬਾਰੇ ਹੈ ਜੀ। ਉਹਨਾਂ ਨੇ 4% 'ਤੇ ਰੇਟ ਆਫ ਇੰਟਰਸਟ ਦੀ ਗੱਲ ਕੀਤੀ ਹੈ ਫਾਰਮਿੰਗ ਸੈਕਟਰ ਲਈ, ਭਾਵੇਂ ਥਰੈਟੀਕਲੀ ਅੱਜ ਵੀ 4% ਰੇਟ ਆਫ ਇੰਟਰਸਟ ਹੈਗਾ ਜਿਹੜੇ ਕਿਸਾਨ 3 ਲੱਖ ਤੱਕ ਲੋਨ ਲੈਂਦੇ ਨੇ ਜੀ, ਪਰ ਜੇ ਉਹ ਟਾਈਮ 'ਤੇ ਰੀਪੇਮੈਂਟ ਕਰਦੇ ਨੇ। ਪਰ ਉਹ ਲੋਨ ਕਿੰਨਾ ਕੁ ਹੈ, ਜਿਹੜੇ ਵੱਡੀ ਗਿਣਤੀ ਕਿਸਾਨ ਹੈ ਉਹ ਤਾਂ ਸ਼ਾਹੂਕਾਰਾਂ ਤੋਂ ਲੋਨ ਲੈਂਦੇ ਨੇ ਜੀ ਜੀ, ਉਹਨਾਂ ਰੇਟ ਆਫ ਇੰਟਰਸਟ 24% ਤੋਂ ਸ਼ੁਰੂ ਹੋ ਕੇ 60%, ਕਈ ਵਾਰੀ 60% ਤੋਂ ਵੀ ਟੱਪ ਜਾਂਦਾ ਹੈਗਾ। ਇਸ ਲਈ ਸਾਨੂੰ ਉਹ ਰਿਕਮੈਂਡੇਸ਼ਨ ਵੱਲ ਵੀ ਆਉਣਾ ਪਊਗਾ ਤਾਂ ਕਿ ਜਿਹੜਾ ਹੈਗਾ ਸਵਾਮੀਨਾਥਨ ਦੇ 2 ਰਿਕਮੈਂਡੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੱਖ ਢੰਗ ਨਾਲ ਲਾਗੂ ਕਰਕੇ ਅਸੀਂ ਫਾਰਮਿੰਗ ਕਮਿਊਨਿਟੀ ਨੂੰ ਕੁਛ ਰਿਲੀਫ ਦੇ ਸਕਦੇ। ਓਕੇ, ਦਵਿੰਦਰ ਸ਼ਰਮਾ ਜੀ, ਸਵਾਮੀਨਾਥਨ ਕਮੇਟੀ ਦੀ ਰੋਲ ਲੰਬੇ ਸਮੇਂ ਤੋਂ ਜਿਹੜਾ ਐਗਰੀਕਲਚਰ ਸੈਕਟਰ 'ਚ ਚਰਚਾ ਦਾ ਮੁੱਦਾ ਬਣੀ ਹੋਈ ਹੈ, ਅਸੀਂ ਆਪਣੇ ਦਰਸ਼ਕਾਂ ਦੇ ਲਈ ਇਹ ਜ਼ਰੂਰ ਜਾਣਨਾ ਚਾਹਾਂਗੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਬਾਰੇ ਦਵਿੰਦਰ ਸ਼ਰਮਾ ਜੀ ਕੀ ਸੋਚਦੇ ਆ। ਸਵਾਮੀਨਾਥਨ ਕਮੇਟੀ ਦੇ ਐਜ਼ ਅ ਸਪੈਸ਼ਲ ਇਨਵਾਈਟੀ ਮੈਂ ਵੀ ਰਿਪੋਰਟ ਦਾ ਹਿੱਸੇਦਾਰ ਸੀਗਾ ਜੀ ਜੀ, ਔਰ ਉਹਦੇ ਰਿਪੋਰਟ ਵਿੱਚ ਜਦ ਅਸੀਂ ਸਭ ਕੁਝ ਤੈਅ ਕਰ ਰਹੇ ਸੀ, ਇੱਕ ਬੜੀ ਖਾਸ ਗੱਲ ਸਵਾਮੀਨਾਥਨ ਕਮੇਟੀ ਰਿਪੋਰਟ ਜਿਹੜੀ ਆਉਂਦੀ ਹੈ, ਮੇਰੇ ਖਿਆਲ ਜਿਹੜੀ ਸਮਝਣ ਦੀ ਜ਼ਰੂਰਤ ਹੈ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਜੇ ਟਰਮ ਆਫ ਰੈਫਰੈਂਸ ਜਿਹੜੇ ਸੀਗੇ, ਮੈਨੂੰ ਯਾਦ ਹੈ ਜਦ ਮੈਨੂੰ ਪਹਿਲਾਂ ਡਰਾਫਟ ਲਿਖਣ ਵਾਸਤੇ ਕਿਹਾ ਗਿਆ ਸੀਗਾ ਤਾਂ ਡਾਕਟਰ ਸਾਹਿਬ ਨੇ ਜਦ ਮੈਨੂੰ ਕਿਹਾ ਤਾਂ ਉਹ 'ਚ ਇੱਕ ਸਭ ਤੋਂ ਬੜੀ ਉਹਨਾਂ ਦੀ ਇੱਕ ਬੜੀ ਕਲੈਰਿਟੀ ਸੀਗੀ ਕਿ ਤੁਸੀਂ ਫਾਰਮਰ ਨੂੰ ਸੈਂਟਰ ਵਿੱਚ ਰੱਖੋ ਔਰ ਬਾਕੀ ਸਭ ਉਹਦੇ ਆਸ ਪਾਸ ਜੀ ਜੀ, ਇਹ ਬਹੁਤ ਇੰਪੋਰਟੈਂਟ ਗੱਲ ਸੀਗੀ। ਨਹੀਂ ਤਾਂ ਬਾਕੀ ਸਭ ਰਿਪੋਰਟਸ ਹੁੰਦਾ ਕਿ ਤੁਸੀਂ ਬਾਕੀ ਸਟੇਕ ਹੋਲਡਰਸ ਦਾ ਇੰਟਰਸਟ ਦੇਖਦੇ ਹੋ, ਇਹ 'ਚ ਸਿਰਫ ਕਿਸਾਨ ਦਾ ਇੰਟਰਸਟ ਦੇਖਣਾ ਸੀਗਾ ਔਰ ਬਾਕੀ ਸਭ ਜਿਹੜੇ ਫਰਟੀਲਾਈਜ਼ਰ ਵੱਲ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਇਹ ਇੰਟਰਸਟ ਨਹੀਂ ਸੀਗਾ ਜੀ, ਜਾਂ ਪੈਸਟੀਸਾਈਡ ਵੱਲ ਨੂੰ ਹੁੰਦਾ ਕਿ ਨਹੀਂ ਹੁੰਦਾ, ਇਹ ਬਹੁਤ ਇੰਪੋਰਟੈਂਟ ਇੱਕ ਉਹਦਾ ਇੱਕ ਮੈਸੇਜ ਜਿਹਾ ਸੀਗਾ। ਲੇਕਿਨ ਜੋ 'ਚ ਇੱਕ ਜਿੱਥੇ ਅਸੀਂ ਦੋਨੋਂ ਜਣੇ ਇੱਕ ਐਗਰੀ ਵੀ ਕਰਦੇ ਹਾਂ ਡਾਕਟਰ ਸਾਹਿਬ ਨਾਲ, ਉਹ ਇਹ ਹੈ ਕਿ ਵੀ ਡਾਕਟਰ ਸਾਹਿਬ ਨੇ ਡਾਕਟਰ ਸਵਾਮੀਨਾਥਨ ਰਿਪੋਰਟ ਨੇ ਕਿਹਾ ਕਿ 50% ਪ੍ਰੋਫਿਟ ਹੋਣਾ ਚਾਹੀਦਾ MSP ਦੇ ਉੱਪਰ ਜੀ। ਮੈਂ ਉਹਨਾਂ ਨਾਲ ਥੋੜ੍ਹਾ ਜਿਹਾ ਇਸ ਗੱਲ 'ਤੇ ਇਤਫਾਕ ਨਹੀਂ ਰੱਖਦਾ ਸੀਗਾ ਔਰ ਹੁਣ ਉਹ ਮੇਰੀ ਗੱਲ ਨਾਲ ਮੰਨਦੇ ਹੈਗੇ, ਕਿਉਂਕਿ ਹੁਣ ਇੱਕ ਅੰਕੜਾ ਸਾਹਮਣੇ ਆ ਗਿਆ ਕਿ MSP ਸਿਰਫ 6% ਕਿਸਾਨਾਂ ਨੂੰ ਮਿਲਦਾ ਹੈ, 94% ਕਿਸਾਨਾਂ ਨੂੰ MSP ਨਹੀਂ ਮਿਲਦਾ, ਔਰ ਉਹ ਵੀ ਬੜੀਆਂ ਸੀਮਤ ਫਸਲਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਦੋ ਫਸਲਾਂ ਹੈ। ਲੇਕਿਨ ਜੇ ਤੁਸੀਂ MSP ਪਲੱਸ 50% ਦਿਓਗੇ ਤਾਂ ਉਹ 6% ਨੂੰ ਮਿਲੇਗਾ, 94% ਤਾਂ ਮਿਲੇਗਾ ਨਹੀਂ, ਤਾਂ ਉਹ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਉਸ ਚੀਜ਼ ਦਾ। ਤਾਂ ਇਸ ਕਰਕੇ ਸਾਡਾ ਇਹ ਮੇਰਾ ਮੰਨਣਾ ਵਿੱਚ ਡਾਕਟਰ ਸਾਹਿਬ ਐਗਰੀ ਕਰਦੇ ਇਸ ਗੱਲ ਨੂੰ ਡਾਕਟਰ ਸਵਾਮੀਨਾਥਨ ਕਿ ਅੱਜ ਟਾਈਮ ਇਹ ਆ ਗਿਆ ਕਿ ਹੁਣ ਸਾਨੂੰ ਪ੍ਰਾਈਸ ਪਾਲਿਸੀ ਤੋਂ ਹਟ ਕੇ ਇਨਕਮ ਪਾਲਿਸੀ ਤਰਫਾਉਣਾ ਪਏਗਾ। ਹੁਣ ਕਿਸਾਨਾਂ ਨੂੰ ਇੱਕ ਮਿਨੀਮਮ ਅਸ਼ੋਰਡ ਇਨਕਮ ਮਹੀਨੇ 'ਚ ਕਿੰਨੀ ਮਿਲ ਸਕਦੀ ਹੈ, ਘੱਟੋ ਘੱਟ ਇੰਨੀ ਆਮਦਨ ਤਾਂ ਹੋਏਗੀ ਹੋਏਗੀ। ਦੇਖੋ ਨਾ, ਜੇ 84 ਨੂੰ 15,000 ਰੁਪਏ ਮਿਲ ਸਕਦੇ ਹਰ ਮਹੀਨੇ, ਕਿਸਾਨ ਨੂੰ 3,000 ਰੁਪਏ ਮਿਲਦੇ ਪਰ ਹੈਕਟੇਅਰ ਅਗਰ ਅਸੀਂ ਐਵਰੇਜ ਕੱਢ ਲਈਏ, ਤਾਂ 3,000 ਔਰ 15,000 ਅਗਰ ਅੰਨਦਾਤਾ ਹੀ ਦੇਸ਼ ਦਾ ਭੁੱਖੇ ਪਿੰਡ ਸੌਂਦਾ ਭਿੱਖੇ ਪੇਟ ਸੌਂਦਾ ਰੋਜ਼ਾਨਾ, ਤਾਂ ਕਿੰਨੀ ਸ਼ਰਮ ਦੀ ਗੱਲ ਹੈਗੀ ਹੈ। ਤਾਂ ਇਸ ਕਰਕੇ ਇੱਕ ਇਨਕਮ ਦੇ ਅੱਜ ਦੁਨੀਆ 'ਚ ਗੱਲ ਹੋ ਰਹੀ ਹੈ ਇੱਕ ਲਿਵਿੰਗ ਇਨਕਮ ਦੀ ਕਿ ਲਿਵਿੰਗ ਇਨਕਮ ਜੇ ਦਿੱਤੀ ਜਾਏ ਹਰੇਕ ਜਗ੍ਹਾ 'ਤੇ, ਸਵੀਡਨ 'ਚ ਐਗਰੀ ਕਰ ਗਏ ਹੈ,
ਹੈ ਤਾਂ ਅਗਰ ਇਹ ਇਨਫੈਕਟ ਜਿਹੜੇ ਫਰੀ ਲਿਬਰਲਾਈਜੇਸ਼ਨ ਦੇ ਜਿਹੜੇ ਜ਼ਿਆਦਾ ਐਗਰੈਸਿਵ ਜਿਹੜੇ ਉਹਨਾਂ ਦੇ ਸਪੋਕਸਪਰਸਨ ਹੈਗੇ ਮਾਈਕਲ ਫ੍ਰੀਡਮੈਨ ਉਹਨਾਂ ਨੇ ਖੁਦ ਕਿਹਾ ਕਿ ਲਿਵਿੰਗ ਇਨਕਮ ਹੋਣੀ ਚਾਹੀਦੀ ਹੈ ਤਾਂ ਲਿਵਿੰਗ ਇਨਕਮ ਕਿਸਾਨ ਨੂੰ ਕਿਉਂ ਨਹੀਂ ਮਿਲਣੀ ਚਾਹੀਦੀ ਹੈ ਇਹ ਸਾਡਾ ਕਹਿਣਾ ਹੁਣ ਤੁਸੀਂ ਦੇਖੋ ਸੱਤਵੇਂ ਵੇਤਨ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀਗਾ ਕਿ ਕਿਸਾਨ ਦੇ ਉੱਪਰ ਬੋਝ ਹੈਗਾ ਇਹ ਸੈਕਰੀਫਾਈਸ ਕਰਨ ਵਾਸਤੇ ਤੁਸੀਂ ਪੁੱਛਿਆ ਸੀ ਪਹਿਲੇ ਦੇਖੋ ਸੱਤਵਾਂ ਵੇਤਨ ਆਯੋਗ ਆ ਰਿਹਾ ਸੱਤਵਾਂ ਵੇਤਨ ਆਯੋਗ 84 ਦੀ ਇਨਕਮ 29,000 ਮੰਨੀ ਜਾ ਰਹੀ ਹੈ ਹਰ 10-12 ਸਾਲਾਂ ਬਾਅਦ ਜਿਹੜੀ ਰਿਵਾਈਜ਼ ਕੀਤੀ ਕਿਸਾਨ ਲਈ 3,000 ਰੁਪਏ ਇਹ ਜਾਤੀ ਹੈ ਕਿ ਨਹੀਂ ਹੈ ਕਿਉਂ ਨਹੀਂ ਅਸੀਂ ਕਿਸਾਨ ਨੂੰ ਤੁਸੀਂ ਅਗਰ ਉਹਨੇ ਉਸ ਲੈਵਲ ਤੇ ਲੈ ਆਓ ਜਿਸ ਤਰੀਕੇ ਨਾਲ ਜੋ ਉਹਨਾਂ ਨੇ ਕਿਹਾ ਜਪਾਨ ਚ ਤਰੀਕਾ ਹੁੰਦਾ ਉਸ ਤਰੀਕੇ ਨਾਲ ਤੁਸੀਂ ਲੈ ਆਓ ਕਿਸਾਨ ਦੀ ਜੇ ਖੁਸ਼ਹਾਲੀ ਹੋਏਗੀ ਸਾਰੇ ਇਕਨੋਮਿਕ ਜਿਹੜਾ ਚੱਕਰ ਹੈ ਇੱਕ ਜਿਹਨੂੰ ਕਹਿੰਦੇ ਡਾਇਨਾਮਿਕਸ ਜਿਹੜੀ ਹੈਗੀ ਉਹ ਬਦਲ ਦੀ ਹੈਗੀ ਕੜੀ ਹੈਗੀ ਜਿਹੜੀ ਸਭ ਦਾ ਸਾਥ ਸਭ ਦਾ ਵਿਕਾਸ ਤਾਂ ਹੀ ਹੋਏਗਾ ਜਦ 60% ਪੋਪੂਲੇਸ਼ਨ ਜਿਹੜਾ ਹੈ ਉਹਦਾ ਵੀ ਗਰੋਥ ਹੋ ਜਾਏ ਕੱਲਾ ਲਾਲ ਕਿਲੇ ਤੇ ਭਾਸ਼ਣ ਦੇਣ ਦੇ ਨਾਲ ਨਹੀਂ ਨਹੀਂ ਹੋਏਗਾ ਡਾਕਟਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਜੇ ਕਿਸਾਨ ਦੀ ਖੁਸ਼ਹਾਲੀ ਹੈ ਤਾਂ ਸਾਰੇ ਦੇਸ਼ ਦੀ ਖੁਸ਼ਹਾਲੀ ਹੈ ਇਸ ਵੇਲੇ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਲੱਗਾ ਜਿੱਦਾਂ ਆਪਾਂ ਸ਼ੁਰੂ ਵਿੱਚ ਇਸ ਗੱਲ ਦੇ ਉੱਤੇ ਕਿਹਾ ਬਹੁਤ ਸਾਰੇ ਜਿਹੜੀਆਂ ਸਟੇਟਾਂ ਦੇ ਚੀਫ ਮਿਨਿਸਟਰ ਆ ਉਹਨਾਂ ਨੇ ਵਿਰੋਧ ਕੀਤਾ ਕਿ ਭੂਮੀ ਅਧਿਗ੍ਰਹਿਣ ਬਿੱਲ ਨਹੀਂ ਲਾਗੂ ਹੋਣਾ ਚਾਹੀਦਾ ਜਿਨ੍ਹਾਂ 'ਚ ਹੋ ਸਕਦਾ ਇਹਨਾਂ ਦੀ ਜਿਹੜੀ ਸਰਕਾਰ ਹੈਗੀ ਆ ਉਹਨਾਂ ਦੇ ਜਿਹੜੇ ਮਿੱਤਰ ਸਹਿਯੋਗੀ ਹੈ ਉਹਨਾਂ ਵੱਲੋਂ ਵੀ ਕੀਤਾ ਗਿਆ ਲੱਗਦਾ ਨਹੀਂ ਕਿ ਪਾਰਲੀਮੈਂਟ ਦੇ ਅੰਦਰ ਇਸ ਮੁੱਦੇ 'ਤੇ ਜਿਹੜਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਪੋਲੀਟੀਕਲ ਪਾਰਟੀਆਂ ਜਿਹੜੀਆਂ ਦੇਸ਼ ਅਤੇ ਕਿਸਾਨ ਦੇ ਹਿੱਤ ਵਿੱਚ ਸੋਚਦੀਆਂ ਉਹਨਾਂ ਨੂੰ ਕੋਈ ਸਾਂਝੀ ਰਾਏ ਬਣਾਉਣੀ ਚਾਹੀਦੀ ਹੈ ਬਜਾਏ ਇਸਦੇ ਕਿ ਭੂਮੀ ਅਧਿਗ੍ਰਹਿਣ ਦੇ ਮੁੱਦੇ 'ਤੇ ਜ਼ੋਰ ਦਿੱਤਾ ਜਾਵੇ ਪਾਸ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਜਿਹੜੀ ਗੱਲ ਤੁਸੀਂ ਕਹੀ ਉੱਥੇ ਮੈਨੂੰ ਇਹ ਲੱਗਦਾ ਕਿ ਕਿਸਾਨਾਂ ਦੇ ਮਸਲਿਆਂ 'ਤੇ ਇੱਕ ਸਪੈਸ਼ਲ ਸੈਸ਼ਨ ਹੋ ਜਾਣਾ ਚਾਹੀਦਾ ਜੀ ਜੀ ਹੈ ਨਾ ਜਿਹੜੀ ਇਹ ਭੂਮੀ ਗ੍ਰਹਿਣ ਬਿੱਲ ਹੈ ਇਹ ਤਾਂ ਮੈਨੂੰ ਆਉਂਦਾ ਲੱਗਦਾ ਨਹੀਂ ਕਿਉਂਕਿ ਹਾਲ ਤਾਂ ਉਹ ਪਾਰਲੀਮੈਂਟਰੀ ਕਮੇਟੀ ਵੱਲੋਂ ਓਕੇ ਨਹੀਂ ਹੋਇਆ ਬਿਲਕੁਲ ਅਤੇ ਇਸ ਤੋਂ ਬਿਨਾਂ ਸਰਕਾਰ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਇਹ ਪਾਸ ਨਹੀਂ ਹੋਣਾ ਉਹ ਸਟੇਟਾਂ 'ਤੇ ਛੱਡਣਾ ਚਾਹੁੰਦੇ ਨੇ ਜੀ ਜੀ ਉਹ 'ਚੋਂ ਨਿਕਲਣਾ ਚਾਹੁੰਦੇ ਗੱਲ 'ਚੋਂ ਪਰ ਜੇ ਪਾਸ ਕਰ ਦਿੰਦੇ ਆ ਤਾਂ ਇਹ ਬਹੁਤ ਵੱਡਾ ਖਤਰਾ ਦੇਸ਼ ਲਈ ਅਨਾਜ ਸੁਰੱਖਿਆ ਲਈ ਕਿਸਾਨਾਂ ਲਈ ਅਤੇ ਕਿਸਾਨਾਂ 'ਚ ਵੀ ਜਿਹੜੀ ਗੱਲ ਹੈ ਇਹ ਸਿਰਫ ਸੋ ਕਾਲਡ ਕਿਸਾਨ ਦੀ ਗੱਲ ਨਹੀਂ ਤਿੰਨ ਧਿਰਾਂ ਨੇ ਇਹਦੇ ਵਿੱਚ ਕਿਸਾਨ ਹੈ ਖੇਤੀਬਾੜੀ ਮਜ਼ਦੂਰ ਹੈ ਅਤੇ ਛੋਟਾ ਪੇਂਡੂ ਕਾਰੀਗਰ ਹੈ ਤਿੰਨੇ ਧਿਰਾਂ ਨੂੰ ਬਚਾਉਣ ਦਾ ਰੌਲਾ ਹੈਗਾ ਸਾਰੇ ਖੇਤੀ ਨਾਲ ਇਹਦੇ ਲਈ ਸਪੈਸ਼ਲ ਸੈਸ਼ਨ ਬੁਲਾ ਕੇ ਉੱਥੇ ਡਿਸਕਸ਼ਨ ਹੋਵੇ ਜਿਹ 'ਚ ਭੂਮੀ ਗ੍ਰਹਿਣ ਬਿੱਲ ਵੀ ਹੋਵੇ ਅਤੇ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਗੱਲ ਵੀ ਹੋਵੇ ਜੀ ਜੀ ਦਿੰਦੂ ਸ਼ਰਮਾ ਤੁਸੀਂ ਕੀ ਕਹਿਣਾ ਚਾਹੋ ਕਿਸਾਨ ਨੂੰ ਨਾ ਅੱਜ ਤੱਕ ਸਭ ਪੋਲੀਟੀਕਲ ਪਾਰਟੀਜ਼ ਨੇ ਕੋਈ ਮਤਲਬ ਉਹ 'ਚ ਉਹ ਨਹੀਂ ਹੈ ਅਲੱਗ ਨਹੀਂ ਹੈ ਸਭ ਨੇ ਇਸਤੇਮਾਲ ਕੀਤਾ ਸਿਰਫ ਦੋ ਕੰਮ ਵਾਸਤੇ ਜਾਂ ਤਾਂ ਵੋਟ ਬੈਂਕ ਹੈ ਜਾਂ ਲੈਂਡ ਬੈਂਕ ਹੈ ਇਹ ਤੋਂ ਅੱਗੇ ਕਿਸੇ ਨੇ ਦੇਖਿਆ ਅੱਜ ਤੱਕ ਔਰ ਇਹੀ ਕਾਰਨ ਹੈ ਕਿ ਕਿਸਾਨ ਦੀ ਦੁਰਦਸ਼ਾ ਜਿਹੜੀ ਹੋ ਰਹੀ ਹੈ ਮੈਨੂੰ ਲੱਗਦਾ ਡਾਕਟਰ ਸਾਹਿਬ ਨਾਲ ਮੈਂ ਇਹ ਗੱਲ ਤਾਂ ਠੀਕ ਹੈ ਤੁਸੀਂ ਸਪੈਸ਼ਲ ਸੈਸ਼ਨ ਬੁਲਾ ਲਓ ਪਰ ਮੈਂ ਦੇਖਿਆ ਜਿੰਨੇ ਵੀ ਸੈਸ਼ਨ ਵਿੱਚ ਅਸੀਂ ਆਪਣੇ ਇੰਟਰਸਟ ਨਾਲ ਦੇਖਦੇ ਹੁੰਦੇ ਹਾਂ WTO ਹੋਏ ਕਿਸਾਨ ਦੀ ਗੱਲਾਂ ਹੋਣ ਉਹ 4-5-7 ਬੰਦੇ ਆਉਂਦੇ ਆ ਕੋਈ ਆਉਂਦਾ ਹੀ ਨਹੀਂ ਹੈ ਪਾਰਲੀਮੈਂਟ 'ਚ ਡਿਸਕਸ਼ਨ ਕਰਨ ਵਾਸਤੇ ਜੀ ਜੀ ਹਾਲਾਂਕਿ ਸਾਰੇ ਬੰਦੇ ਹੀ ਕਹਿੰਦੇ ਕਿ ਅਸੀਂ ਸਭ ਕਿਸਾਨ ਦੇ ਅਸੀਂ ਪਿੰਡੋਂ ਆਉਂਦੇ ਹਾਂ ਜਾਂ ਅਸੀਂ ਕਿਸਾਨ ਦੇ ਬੱਚੇ ਹੈਗੇ ਕਿਸਾਨ ਦੇ ਬੇਟੇ ਹਾਂ ਕੋਈ ਨਹੀਂ ਆਉਂਦਾ ਜੀ ਜਦ ਤੁਸੀਂ ਗੱਲ ਕਿਸੇ ਕੰਪਨੀ ਦੀ ਕਰਨੀ ਹੋਏਗੀ ਤੁਸੀਂ ਮੈਗੀ ਦਾ ਇਸ਼ੂ ਲਿਆ ਉਹਦੇ ਵਿੱਚ ਦੇਖੋ ਸਾਰੇ ਆਉਣਗੇ ਉਹਦੇ ਵਿੱਚ ਤਾਂ ਕਹਿਣ ਦਾ ਮਤਲਬ ਇਹ ਕਿ ਜੇ ਇਹ ਫੋਕਸ ਨਹੀਂ ਹੋਣਾ ਹੈ ਸਾਨੂੰ ਫੋਕਸ ਚਾਹੀਦਾ ਕਿਸਾਨ ਨੂੰ ਖੁਦ ਉੱਠਣਾ ਪਏਗਾ ਜੀ ਕਿਸਾਨ ਨੂੰ ਖੁਦ ਇਕੱਠੇ ਹੋਣਾ ਪਏਗਾ ਅੱਜ ਕਿਸਾਨ ਹੀਰੋ ਹੈ ਆਪਣੇ ਆਪਣੇ ਪ੍ਰਦੇਸ਼ ਵਿੱਚ ਲੇਕਿਨ ਨੈਸ਼ਨਲ ਲੈਵਲ ਤੇ ਜ਼ੀਰੋ ਹੈ ਜਦ ਤੱਕ ਇਹ ਕਿਸਾਨ ਇਕੱਠ ਨਹੀਂ ਹੁੰਦਾ ਮੈਨੂੰ ਲੱਗਦਾ ਨਹੀਂ ਕਿ ਆਪਣੀ ਪੋਲੀਟੀਕਲ ਆਵਾਜ਼ ਨੂੰ ਬੁਲੰਦ ਕਰ ਬੁਲੰਦ ਕੀਤਾ ਜਾ ਸਕਦਾ ਇਹਦੇ 'ਚ ਜਿਹੜੀ ਇੱਕ ਹੋਰ ਗੱਲ ਜਿਹੜੀ ਪੰਜਾਬ ਵੱਲੋਂ ਉਠਾਈ ਗਈ ਹੈ ਪੰਜਾਬ ਦੇ ਚੀਫ ਮਿਨਿਸਟਰ ਨੇ ਕਿਹਾ ਕਿ ਵੀ ਇਸ ਤਰ੍ਹਾਂ ਦਾ ਕੋਈ ਸਿਸਟਮ ਹੋਣਾ ਚਾਹੀਦਾ ਕਿ ਚੀਫ ਮਿਨਿਸਟਰ ਪੱਧਰਾਂ ਦੀ ਕੋਈ ਕਮੇਟੀ ਬਣ ਜੇ ਜਿਹੜੀ 3 ਮਹੀਨਿਆਂ ਦੇ ਅੰਦਰ ਰਿਪੋਰਟ ਦੇਵੇ ਕਿ ਕਿਸਾਨੀ ਨੂੰ ਇਸ ਸੰਕਟ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਲੱਗਦਾ ਕਿ ਪੰਜਾਬ ਦੀ ਜਿਹੜੀ ਇੱਕ ਪ੍ਰਪੋਜ਼ਲ ਹੈ ਜਿਹੜੀ ਹੈਗੀ ਇਹਦੇ 'ਤੇ ਕੋਈ ਅੱਗੇ ਜਾ ਕੇ ਕੁਛ ਹੋ ਸਕਦਾ ਮੈਂ ਤਾਂ ਸ਼ਰਮਾ ਜੀ ਨਾਲ ਸਹਿਮਤ ਹਾਂ ਜੀ ਕਿ ਜਦੋਂ ਥੱਲਿਓਂ ਪ੍ਰੈਸ਼ਰ ਬਣੂਗਾ ਉਹ ਪ੍ਰੈਸ਼ਰ ਨਾਲ ਸਾਡੇ MLA MP ਸਟੇਟ ਅਸੈਂਬਲੀ ਅਤੇ ਪਾਰਲੀਮੈਂਟ 'ਚ ਜਾ ਕੇ ਉਹ ਲੋਕਾਂ ਪ੍ਰਤੀ ਜਵਾਬ ਦੇਣ ਅਤੇ ਲੋਕ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਦੇਣਗੇ ਵੀ ਸਾਡੇ ਇਸ਼ੂ ਕਿਉਂ ਨਹੀਂ ਚੱਕਦੇ ਜੀ ਅਤੇ ਜੇ ਉਹਨਾਂ ਨੇ ਮੁੜ ਕੇ ਲੋਕਾਂ 'ਚ ਆਉਣਾ ਤਾਂ ਉੱਥੋਂ ਗੱਲ ਸਭ ਲਾਉਣੀ ਹੈ ਚੀਫ ਮਿਨਿਸਟਰ ਦੀ ਕਮੇਟੀ ਦੇ ਨਾਲ ਕੋਈ ਮੈਨੂੰ ਹੱਲ ਨਜ਼ਰ ਨਹੀਂ ਆਉਂਦਾ ਹੈ ਇੱਕ ਹੋਰ ਜੀ ਮੈਂ ਐਡ ਕਰਾ ਗਿਆ ਸੀ ਚੀਫ ਮਿਨਿਸਟਰ ਕਹਿੰਦੇ ਆ ਕਿ ਵੀ ਇਸ ਕਮੇਟੀ ਬਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੰਨੇ ਸਾਲ ਤੋਂ ਚੀਫ ਮਿਨਿਸਟਰ ਹੈਗੇ ਆ ਜੀ ਉਹਨਾਂ ਨੇ ਆਪਣੀ ਸਟੇਟ 'ਚ ਕਿਉਂ ਨਹੀਂ ਕੀਤਾ ਜੀ ਜੀ ਮੈਂ ਜਦ ਵੀ ਉਹਨਾਂ ਨੂੰ ਮਿਲਦਾ ਹੈ ਮੈਨੂੰ ਬੜਾ ਦਿਖਾਉਂਦੇ ਦੱਸਦੇ ਮੈਨੂੰ ਕਿ ਮੈਨੂੰ ਇੰਨਾ ਦੁੱਖ ਹੈ ਦੁੱਖ ਦਾ ਮਤਲਬ ਕੀ ਹੈ ਜਦ ਤੁਸੀਂ ਇੰਪਲੀਮੈਂਟ ਕਰਨ 'ਚ ਕੁਛ ਨਹੀਂ ਕੀਤਾ ਅੱਜ ਤੱਕ ਤਾਂ ਇਹ ਮੈਂ ਐਗਰੀ ਨਹੀਂ ਕਰਦਾ ਜਦ ਚੀਫ ਮਿਨਿਸਟਰ ਕੋਲ ਬਹੁਤ ਸਪੇਸ ਹੁੰਦੀ ਹੈ ਬਹੁਤ ਕੁਛ ਕਰ ਸਕਦੇ ਆ ਜੇ ਪੰਜਾਬ ਤੁਸੀਂ ਕਰਨਾ ਚਾਹੁੰਦੇ ਤਾਂ ਤੁਸੀਂ ਵਾਸਤੇ ਬਹੁਤ ਕੁਛ ਕਰ ਚੁੱਕੇ ਹੁੰਦੇ ਸਟੇਟ ਨੂੰ ਕਿਉਂਕਿ ਆਫਟਰ ਆਲ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਜਿੰਦੂ ਸ਼ਰਮਾ ਮੈਂ ਤੁਹਾਨੂੰ ਟੋਕ ਕੇ ਵਿੱਚੋਂ ਇਹ ਗੱਲ ਤੇ ਕਹਿਣਾ ਬਾਰ ਬਾਰ ਜਿਹੜਾ ਹੈਗਾ ਪੰਜਾਬ ਦੇ ਚੀਫ ਮਿਨਿਸਟਰ ਕੁਛ ਹੋਰਾਂ ਵੱਲੋਂ ਵੀ ਗੱਲ ਕਹੀ ਜਾਂਦੀ ਹੈ ਕਿ ਜੀ ਸਾਰਾ ਕੁਝ ਤਾਂ ਕੇਂਦਰ ਦੇ ਹੱਥ 'ਚ ਅਸੀਂ ਕੁਝ ਕਰ ਕੁਝ ਨਹੀਂ ਸਕਦੇ ਇਸ ਲਈ ਕੇਂਦਰ ਦੇ ਉੱਤੇ ਨਿਰਭਰ ਕਰਦੇ ਹਾਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਸ਼ਹਿਰ ਬਣਾਉਣ ਵਾਸਤੇ
दो किसान रोजाना आत्महत्या करते हैं। डॉक्टर साहब की रिपोर्ट जी है, इन्होंने खुद तीन यूनिवर्सिटी जो मिलकर की है, डॉक्टर ज्ञान सिंह के पार्टनर है, तो वो दो किसान अगर रोजाना आत्महत्या कर रहे थे, क्यों चीफ मिनिस्टर बोलता है कि भाई सेंटर जो है करना चाहते खुद जी। डॉक्टर साहब जी इन्होंने गल की है, बड़ी एक तरह की नाजुक भी है बड़ा मुद्दा, कि जो आप गल करते हैं कि हर रोज़ किसानों दी खबर आ रही हैं, अज भी जी मीडिया के अंदर आई हैं कि फतेहगढ़ के अंदर एक किसान इस करके खुदकुशी कर गया कि उसके खेत के अंदर पानी छड़ दिता गया, इदां ही परनाला के नेड़े एक होर किसान कर्जे कारण खुदकुशी कर गया। इन्हां मुद्दों पर मैं तुहाडे कोल आउणा साडी मजबूरी है, हुण असीं छोटी जी ब्रेक लवांगे, ब्रेक तो बाद अपने मेहमानों नाल इन्हां मुद्दों पर चर्चा जारी रखांगे। ग्लोबल पंजाब टीवी के दर्शकों का मुड़ एक बार स्वागत है। डॉक्टर साहब ब्रेक तो पहले चर्चा कर रहे थे खुदकशियां के मुद्दे पर, जो आप गल कर रहे हैं बड़ा ही नाजुक मामला है, जिदा मैं तुम्हें कह रहा है कि भी फतेहगढ़ का किसान खुदकशी कर गया, इदा ही हर रोज़ जो दविंदर शर्मा जी ने भी कहना कि आए दिन कोई ना कोई इदा की फार्मर्स बारे मंदभागी खबर सुनने मिलती हैं, इदा की स्थिति बारे तुम की कहोगे? शर्मा जी की गल दसी, पर मैं तो एक हैरानी हुई अज के न्यूज़पेपर पढ़ के कि नैशनल क्राइम रिकॉर्ड्स ब्यूरो जो केंद्र सरकार का एक अदारा है, उन्हें किसानों दी रिपोर्ट हुई खुदकशियां दे अंकड़े जारी किए ने, जिहड़े पिछले साल नालों अद्धे ने, ते जदों कोई किसानों की हालत बिगड़ी है तो किसानों दी खुदकशियां जिवें तुसीं दस दिंदे हो, कोई दिन नहीं जांदा कि पंजाब च वी खुदकशी रिपोर्ट ना होवे। जी जी मंदभागी खबर ना मिले सन। पंजाब दे संबंध दे विच पूरे पिछले साल 2014 दे विच सिर्फ 24 खुदकशियां रिपोर्ट हुई वो दित्तियां नैशनल क्राइम रिकॉर्ड्स ब्यूरो ने। जी जी अज के अखबार चो 22 होया, 22-24 कोई फर्क नहीं, 22-24 पर जिहड़े तिने यूनिवर्सिटियां ने डाटा इकट्ठा किया पिछले 10 साल का। जी जी जे उनकी औसत लईए तो पंजाब च 3 दिनों च 2 खुदकशियां की किसानों की औसत पैंदी सी, पर इहदे नाल एक खुदकशी की जिहड़ी हैगी वह खेत मजदूर की भी औसत पैंदी सी, जिहड़े तकरीबन 5000 खुदकशी सी वो जो 2000 तो थोड़ी जी घट खेत मजदूरों की खुदकशी सी। इसलिए जिहड़े ये अंकड़े ने होने वाले ये बनाए हुए अंकड़े ने, ये परपज लई इकट्ठे किए हुए अंकड़े ने, ये दबाए हुए अंकड़े ने। बहुत सारिया स्टेट च तुहानू पता है कि अखबारों से रिपोर्ट होया कि यह खुदकशियां नू कुछ होर रिपोर्ट कर रहे हैं, जां नैचुरल डैथ जां एक्सीडेंट डैथ जां खुदकशी किसी होर कारण करके, घरेलू झगड़े जां किसानी मसले ना करके। बिल्कुल बिल्कुल। पर यह खुदकशियां जिन्ने वड्डे पद्धर ते हो रही ने, जे इन्हां देखा जाए जिहड़ी तुसीं पहलां 1991 वाली गल असीं कीती सी, उहदे विच पिछले एक दहाके च 2011 दी सेंसस मुताबक 90 लाख किसान खेती तों बाहर होए ने, ते पंजाब तो खेतीबाड़ी मजदूरों की गिणती वधिया आल इंडिया लैवल से। जे पंजाब की गल करिए, 12% किसान तो 21% मजदूर खेतीबाड़ी खेतों तो बाहर किए गए ने। जी जी तो रौला यह है कि हुण जे कारपोरेट मॉडल ये कहता कि असी 40 करोड़ उत्थे मतलब शिफ्ट करने शहर च, उत्थे इंप्लॉयमेंट के अपॉर्चुनिटीज कितने ने, उद्योगों च ना नाल दियां ने, सेवावां दे खेतर च हैगियां, पर सेवावां दे खेतर च बहुत थोड़ियां, तो वह भी बहुत पढ़े लिखे इंग्लिश बोलने वाले तो कंप्यूटर के नॉलेज वाले सीमित, तो इन्हां किसानां लई खेतीबाड़ी मजदूरों लई पेंडू छोटे कारीगरां लई तो उत्थे एवेन्यू नहीं हैगा कोई, उहदे नाल असीं स्लम एरिया वाधू करांगे, उहदे नाल क्राइम वधावांगे, उहदे नाल होर तरह दीआं समस्यावां आउणगीआं, ते खुदकशियां तां मतलब बहुत सीरीयस वर्तारा है जिहदे बारे ना तां अंकड़े लुकाउणे चाहीदे ने, सगों उहनां नूं खुदकशियां नूं रोकण लई सरकार नूं अग्गे आउणा चाहीदा। जी जी डॉक्टर साहब ने जिदा कहा कि बहुत सारे कारण है जिदे करके खुदकशियां मंदभागी यह जी गल्लां मिलदियां। दविंदर शर्मा जी एक गल बड़ी आम तौर पर खुल के आँदी है, जदों स्वामीनाथन कमेटी के बारे तुसीं कहा, उहदा एक पहलू यह भी है कि जो प्राइस फिक्स करदे आ कहा जाता कि जी खपतकार का जिहड़ा एंगल है वह भी ध्यान च रखा जाता है। असीं अपने दर्शकों लई तुहाडे कोल जानना चाहुंदे आ कि जदों किसान उहदी फसल का लाहेबंद पा देना है तां खपतकार दे लई किसान नूं क्यों जिहड़ा फांसी दे टंगिया जाए? ये मैं तुहानूं बहुत इंपोर्टेंट सवाल है, अगर तुम थोड़ा 2 मिनट दोगे मैं तुहानूं विस्तार नाल एक थोड़ा जिहा बैकग्राउंड देना चाहूंगा। जी जी बैकग्राउंड यह है कि जब नॉर्मन बोरलॉग जो नोबेल लॉरीएट सके तुहानूं याद होएगा एग्रीकल्चर की तरफ उन्होंने पीस प्राइज जो मिले उन्होंने एक बार मैं दसिया जो जीवित सके कि बहुत साल पहले लेस वलेसा साहब पोलैंड के लीडर से, एक सोलिडरिटी मूवमेंट उठी सी पोलैंड से, उस टाइम उन्होंने नोबेल प्राइज कमेटी ने डिसाइड किया कि देखो इन्होंने नोबेल प्राइज मिलना चाहिए कि नहीं मिलना चाहिए। बोरलॉग साहब उस कमेटी के जो उ गए पोलैंड आके उन्होंने रिपोर्ट दी कि उन्होंने नोबेल प्राइज नहीं मिलना चाहिए,
ਔਰ ਉਹਨੂੰ ਅਲਟੀਮੇਟਲੀ ਨੋਬਲ ਪ੍ਰਾਈਜ਼ ਮਿਲਿਆ ਸੀਗਾ, ਬਿਲੇਸਾ ਨੂੰ ਮਿਲਿਆ ਸੀਗਾ। ਤਾਂ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਸੀਗਾ ਔਰ ਜਦ ਮੈਂ ਲਿਖਿਆ ਸੀਗਾ ਅਖਬਾਰ ਵਿੱਚ ਜਿਸ ਮੈਂ ਕੰਮ ਕਰਦਾ ਸੀਗਾ, ਉਹ ਬੜਾ ਇੰਟਰਨੈਸ਼ਨਲ ਇਸ਼ੂ ਬਣ ਗਿਆ ਸੀਗਾ, ਕੰਟਰੋਵਰਸੀ ਉੱਠੀ ਸੀ, ਲੇਕਿਨ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਡਾਕਟਰ ਸਾਹਿਬ ਨੇ ਕਿ ਐਕਚੁਅਲੀ ਬਲੇਸਾ ਕਹਿ ਰਿਹਾ ਸੀਗਾ, ਡਿਮਾਂਡ ਕਰ ਰਿਹਾ ਸੀਗਾ ਕਿ ਵਰਕਰਸ ਵਾਸਤੇ ਚੀਪਰ ਫੂਡ ਮਿਲਿਆ ਜਾਏ, ਲੇਕਿਨ ਜਿਹੜੇ ਲੋਕ ਪ੍ਰੋਡਿਊਸ ਕਰਦੇ ਆ ਉਸ ਫੂਡ ਨੂੰ, ਉਹਨਾਂ ਦਾ ਕੀ ਹੋਏਗਾ ਉਹਦੀ ਗੱਲ ਨਹੀਂ ਕਰ ਰਿਹਾ ਸੀਗਾ। ਹੀ ਵਾਸ ਪਿਟਿੰਗ ਵਨ ਕਲਾਸ ਅਗੇਂਸਟ ਦੀ ਅਦਰ। ਉਹ ਜਿਹੜੀ ਸੋਚ ਹੈ ਕਿ ਕਿਸਾਨਾਂ ਨੂੰ ਤੁਸੀਂ ਦਵਾਈ ਰੱਖੋ ਤਾਂ ਕਿ ਇਨਫਲੇਸ਼ਨ ਕੰਟਰੋਲ 'ਚ ਰਹੇ, ਲੋਕਾਂ ਨੂੰ ਫੂਡ ਸਸਤਾ ਮਿਲੇ, ਉਹੀ ਜਿਹੜੀ ਪਾਲਿਸੀ ਹੈ ਉਹ ਸਾਰੀ ਦੁਨੀਆ ਵਿੱਚ ਹੈਗੀ ਹੈ। ਹਿੰਦੁਸਤਾਨ ਦਾ ਕਿਸਾਨ ਵੀ ਅੱਜ ਇਸ ਬੋਝ ਥੱਲੇ ਮਾਰਿਆ ਗਿਆ ਹੈ ਕਿਉਂਕਿ ਲੋਕਾਂ ਨੂੰ ਸਸਤਾ ਤੁਸੀਂ ਅਨਾਜ ਦੇਣਾ। ਇਸੇ ਕਰਕੇ ਤੁਸੀਂ ਦੇਖ ਲਓ ਕਿ ਇਸ ਸਾਲ ਵਿੱਚ ਗੇਹੂੰ ਦਾ ਦਾਮ 50 ਰੁਪਏ ਬੜਿਆ ਹੈਗਾ ਜਾਂ 3% ਬਣਦਾ, 3.2% ਬਣਦਾ ਜੀ ਜੀ। ਇਸ ਤਰੀਕੇ ਨਾਲ ਪੈਡੀ ਦਾ ਪ੍ਰਾਈਜ਼ ਜਿਹੜਾ ਹੈਗਾ ਉਹ ਵੀ 50 ਰੁਪਏ ਬੜਿਆ ਹੈਗਾ। ਤਾਂ ਜੇ ਤੁਸੀਂ 50 ਰੁਪਏ ਕਿਉਂ ਬੜਿਆ? ਤਾਂ ਕਿ ਇਨਫਲੇਸ਼ਨ ਕੰਟਰੋਲ ਕਰਨ ਵਾਸਤੇ। ਮੇਰਾ ਮੰਨਣਾ ਹੈ ਕਿ ਸਾਰਾ ਦੇਸ਼ ਦਾ ਬੋਝ ਜਿਹੜਾ ਹੈਗਾ ਉਹ ਕਿਸਾਨ ਦੇ ਉੱਪਰ ਕਿਉਂ ਹੈਗਾ? ਕਿਉਂ ਅਸੀਂ ਉਹਨੂੰ ਡੀਲਿੰਕ ਨਹੀਂ ਕਰਦੇ, ਉਹਨੂੰ ਅਸੀਂ ਜ਼ਿਆਦਾ ਪੈਸੇ ਦਈਏ, ਜ਼ਿਆਦਾ ਉਹਦੀ ਇਨਕਮ ਦਈਏ, ਔਰ ਆਮ ਆਦਮੀ ਨੂੰ ਜੋ ਤੁਸੀਂ ਸਬਸਿਡਾਈਜ਼ ਕਰਨਾ ਜੋ ਕਰਨਾ ਕਰੋ, ਲੇਕਿਨ ਇਹ ਗੱਲ ਕਿ ਸੈਕਰੀਫਾਈਸ ਸਾਰਾ ਕਿਸਾਨ ਕਰੇ ਔਰ ਅਸੀਂ ਸਾਰੀ ਜਿਹੜੀ ਬਾਕੀ ਪਾਪੂਲੇਸ਼ਨ ਹੈ ਉਹ ਉਹਦੇ ਸਿਰ 'ਤੇ ਮਤਲਬ ਗਰੋ ਕਰੇ ਜੀ। ਸੱਤਵਾਂ ਵੇਤਨ ਆਯੋਗ ਜਿਹੜਾ ਆ ਰਿਹਾ ਉਹਦੀ ਕੀ ਜ਼ਰੂਰਤ ਹੈ? ਕਾਂਟ ਉਹ ਜਿਹੜੀ ਮਿਡਲ ਕਲਾਸ ਹੈ ਉਹ ਸੈਕਰੀਫਾਈਸ ਕਰੇ, ਕਿਸਾਨਾਂ ਨੂੰ ਦਿਓ। ਮਤਲਬ ਕਹਿੰਦਾ ਕਿ ਜਦ ਤੱਕ ਤੁਸੀਂ ਦੇਸ਼ ਦਾ ਇੱਕ ਤਬਕੇ ਨੂੰ ਤੁਸੀਂ ਡੈਲੀਬਰੇਟਲੀ ਮਾਰੋਗੇ ਫਿਰ ਤੁਸੀਂ ਗਰੋਥ ਕਿਸ ਤਰ੍ਹਾਂ ਕਰੋਗੇ? ਕਿਸਾਨ ਦੀਆਂ ਖੁਦਕੁਸ਼ੀਆਂ ਕਿਵੇਂ ਰੁਕ ਸਕਦੀਆਂ? ਡਾਕਟਰ ਸਾਹਿਬ, ਜਦੋਂ ਆਪਾਂ ਇਹਨਾਂ ਦੀ ਇਸ਼ੂ 'ਤੇ ਗੱਲ ਕਰਦੇ ਹਾਂ ਖੁਦਕੁਸ਼ੀਆਂ ਦੀ, ਜਿੱਦਾਂ ਤੁਸੀਂ ਕਈ ਕਾਰਨਾਂ ਦੇ ਉੱਤੇ ਜ਼ਿਕਰ ਕਰ ਰਹੇ ਹੋ, ਇਹ ਵੀ ਇੱਕ ਵੱਡੀ ਗੱਲ ਹੈ ਕਿ ਪਿੱਛੇ ਲਗਾਤਾਰ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਫੇਲ ਹੋ ਰਹੀਆਂ, ਕਦੇ ਸੋਕਾ ਪਿਆ, ਕਦੇ ਜਿਹੜਾ ਹੈਗਾ ਕੋਈ ਹੋਰ ਬੇਮੌਸਮੀ ਬਾਰਿਸ਼ਾਂ ਪੈ ਗਈਆਂ ਉਹਨਾਂ ਵਜ੍ਹਾ ਕਰਕੇ। ਉਹਦੇ ਲਈ ਜਿਹੜਾ ਢੁਕਵਾਂ ਮੁਆਵਜ਼ਾ ਜਿਹੜਾ ਫਾਰਮਰ ਨੂੰ ਮਿਲਣਾ ਚਾਹੀਦਾ ਉਹ ਵੀ ਨਹੀਂ ਮਿਲਣਾ ਚਾਹੀਦਾ, ਜਦੋਂ ਕਿ ਜਿਹੜੀ ਕਾਰਪੋਰੇਟ ਦੁਨੀਆ ਹੈ। ਜੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਜਿੱਦਾਂ ਇਹਨਾਂ ਨੇ ਸ਼ੁਰੂ 'ਚ ਇੱਕ ਡਿਬੇਟ 'ਤੇ ਕਮੈਂਟ ਕਰਦੇ ਹਾਂ ਗੱਲ ਕਹੀ ਸੀ ਕਿ ਕਾਰਪੋਰੇਟ ਸੈਕਟਰ ਦੇ ਵਿੱਚ ਜੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਬੜਾ ਧਿਆਨ ਰੱਖਿਆ ਜਾਂਦਾ, ਔਰ ਇਹ ਕਿਹਾ ਜਾਂਦਾ ਇਸ ਗੱਲ ਦੇ ਲਈ ਵੀ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ, ਨਹੀਂ ਤਾਂ ਜਿਹੜਾ ਹੈਗਾ ਸਾਡੀ ਇੰਡਸਟਰੀ ਨਹੀਂ ਆਏਗੀ, ਸਾਡੇ ਕਾਰਖਾਨੇ ਨਹੀਂ ਆਉਣਗੇ। ਪਰ ਜਿਹੜਾ ਤੁਹਾਡਾ ਆਪਣਾ ਫਾਰਮਰ ਆ, ਜਦੋਂ ਉਹਦਾ ਨੁਕਸਾਨ ਹੁੰਦਾ, ਪੂਰੀ ਦੀ ਪੂਰੀ ਫਸਲ ਬਰਬਾਦ ਹੋ ਰਹੀ ਹੈ, ਉਹਦੇ ਲਈ ਢੁਕਵਾਂ ਮੁਆਵਜ਼ਾ ਕਿਉਂ ਨਾ ਹੋਵੇ? ਸੰਨ 2008 ਤੋਂ ਜਦੋਂ ਇਕਨੋਮਿਕ ਰਿਸੈਸ਼ਨ ਸ਼ੁਰੂ ਹੋਇਆ ਜੀ, ਇਹ ਕਾਰਪੋਰੇਟ ਸੈਕਟਰ ਨੂੰ ਦੱਬ ਕੇ ਅਤੇ ਰੱਜ ਕੇ ਸਬਸਿਡੀ ਦਿੱਤੀ ਜਾ ਰਹੀ ਹੈ ਜੀ ਜੀ। ਪਿਛਲੇ ਇੱਕ ਵਿੱਤੀ ਸਾਲ 'ਚ 5,76,000 ਕਰੋੜ ਰੁਪਈਆ ਸਬਸਿਡੀ, ਆਰਥਿਕ ਰਾਇਤਾਂ ਜਾਂ ਰਾਈਟ ਆਫ ਆ ਉਹਨਾਂ ਨੂੰ ਜੀ ਜੀ, ਅਤੇ ਇਹਦਾ ਐਡਾ ਵੱਡਾ ਅਮਾਊਂਟ ਹੈ। ਇਹ ਜਦੋਂ ਥੋੜ੍ਹਾ ਜਿਹਾ ਹਿੱਸਾ ਜੇ ਕਿਸਾਨੀ ਨੂੰ ਜਾਂ ਖੇਤ ਮਜ਼ਦੂਰਾਂ ਨੂੰ ਜਾਂ ਪੇਂਡੂ ਕਾਰੀਗਰਾਂ ਨੂੰ ਦੇ ਦਈਏ ਤਾਂ ਉਹ ਗਰੀਬੀ ਦੀ ਰੇਖਾ ਤੋਂ ਉੱਪਰ ਆ ਸਕਦੇ ਨੇ, ਉਹ ਖਾਂਦੇ ਪੀਂਦੇ ਹੋ ਸਕਦੇ ਨੇ। ਇਸ ਲਈ ਜਿਹੜੀ ਲੋੜ ਹੈ, ਲੋੜ ਤਾਂ ਹੈਗੀ ਕਿਸਾਨੀ ਅਤੇ ਕਿਸਾਨੀ ਧਿਰਾਂ ਨੂੰ ਬਚਾਉਣ ਦੀ ਜੀ, ਅਤੇ ਜਿਹੜੇ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਦੇਸ਼ ਦਾ ਧਨ ਲੁਟਾਉਣ ਦੀ ਲੋੜ ਨਹੀਂ ਹੈਗੀ, ਨਾ ਉਹਦੀ ਕੋਈ ਜਸਟੀਫਿਕੇਸ਼ਨ ਬਣਦੀ ਹੈ ਜੀ ਜੀ। ਇਹ ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਦੇਖੋ 10 ਸਾਲ ਪਿਛਲੇ ਗਿਣ ਲਈ ਹੈ, 2004 ਤੋਂ ਲੈ ਕੇ ਜਦ ਕਾਂਗਰਸ ਦਾ ਰੂਲ ਸੀਗਾ, 2015 ਤੱਕ ਤੁਸੀਂ ਗਿਣ ਲਓ, ਉਸ ਪੀਰੀਅਡ ਵਿੱਚ ਕਾਰਪੋਰੇਟ ਨੂੰ 42,00,000 ਕਰੋੜ ਰੁਪਏ ਦੇ ਟੈਕਸ ਕਨਸੈਸ਼ਨ ਦਿੱਤੇ ਗਏ, 42,00,000 ਕਰੋੜ ਰੁਪਏ ਦੇ। ਔਰ ਐਗਰੀਕਲਚਰ ਵਿੱਚ ਤੁਸੀਂ ਦੇਖੋ ਇਨਵੈਸਟਮੈਂਟ ਜਿਹੜੀ ਹੋਈ ਹੈ, ਪਲੈਨਿੰਗ ਜਿਹੜਾ ਪਲਾਨ ਆਉਂਦਾ ਹੈ ਬਜਟ ਦੇ ਮਾਧਿਅਮ ਤੋਂ, ਉਹਦੇ ਵਿੱਚ 11th ਪਲਾਨ ਵਿੱਚ 1,00,000 ਕਰੋੜ ਰੁਪਏ, ਯਾਨੀ 5 ਸਾਲਾਂ ਵਿੱਚ 1,00,000 ਕਰੋੜ ਰੁਪਏ, ਔਰ 12th ਪਲਾਨ ਵਿੱਚ 1,50,000 ਕਰੋੜ ਰੁਪਏ, ਯਾਨੀ 2,50,000 ਕਰੋੜ ਰੁਪਏ ਇਨਵੈਸਟਮੈਂਟ ਸਿਰਫ ਐਗਰੀਕਲਚਰ 'ਚ ਹੋਈ ਹੈ 10 ਸਾਲਾਂ ਵਿੱਚ, ਔਰ 42,00,000 ਕਰੋੜ ਰੁਪਏ ਕਾਰਪੋਰੇਸ਼ਨ ਛੂਟ ਦਿੱਤੀ ਗਈ ਹੈ। ਅਤੇ ਇਹ ਬਿਲਕੁਲ ਠੀਕ ਕਹਿ ਰਿਹਾ ਕਿ ਜੇ 42,00,000 ਕਰੋੜ ਵਿੱਚੋਂ ਤੁਸੀਂ ਅੱਧਾ 20,00,000 ਕਰੋੜ ਰੁਪਏ ਐਗਰੀਕਲਚਰ ਲਗਾਇਆ ਹੁੰਦਾ ਕਿਸਾਨ ਦੀ ਇਨਕਮ ਵਾਸਤੇ ਵੀ, ਕਿਸਾਨ ਦੇ ਮਤਲਬ ਐਗਰੀਕਲਚਰ ਰੂਰਲ ਡਿਵੈਲਪਮੈਂਟ ਵਾਸਤੇ ਵੀ, ਤਾਂ ਅੱਜ ਦੇਸ਼ ਦੀ ਹਾਲਤ ਬਦਲ ਗਈ ਹੋਣੀ ਸੀ। ਓਕੇ ਜਿੰਦਰ ਜੀ, ਦੇ ਨਾਲ ਮੈਂ ਇੱਕ ਅੰਕੜਾ ਹੋਰ ਦੇਣਾ ਚਾਹੁੰਦਾ, ਭਾਰਤ 'ਚ ਐਗਰੀਕਲਚਰ ਜੀ ਡੀ ਪੀ ਦਾ 1.5% ਸਬਸਿਡੀ ਦਿੱਤੀ ਜਾ ਰਹੀ ਹੈ ਜੀ, ਉਹ ਜੋ ਵੀ ਬਹੁਤੀ ਕਾਰਪੋਰੇਟ ਸੈਕਟਰ ਨੂੰ ਜਾ ਰਹੀ ਹੈ ਜਿਵੇਂ ਖਾਦਾਂ ਬਣਾਉਣ ਵਾਲੇ ਐਰਾ ਵਗੈਰਾ ਜੀ, ਪਰ ਉਹ ਈ ਸੀ ਡੀ ਕੰਟਰੀ 'ਚ 42.5% ਹੈ, 1.5% ਅਤੇ 42.5% 'ਚ ਫਰਕ ਵੱਡਾ ਹੁੰਦਾ, ਇਸ ਲਈ ਸਾਨੂੰ ਕਿਤੇ ਨਾ ਕਿਤੇ ਰੈਸ਼ਨਲਾਈਜ਼ ਕਰਨਾ ਪਊ। ਓਕੇ ਓਕੇ ਜਿੰਦਰ ਸ਼ਰਮਾ ਜੀ, ਇਹਦੇ ਲਈ ਇਹ ਵੀ ਬੜੀ ਗੱਲ ਹੈ ਜਦੋਂ ਤੁਸੀਂ ਖੁਦ ਹੀ ਇਸ ਇਸ਼ੂ ਦੇ ਉੱਤੇ ਗੱਲ ਕਰ ਰਹੇ ਹੋ ਕਿ ਜੇ ਫਾਰਮਰ ਚਾਹੇ ਪੰਜਾਬ ਦਾ ਚਾਹੇ ਦੇਸ਼ ਦਾ, ਜੇ ਉਹਨੂੰ ਅਸੀਂ ਪ੍ਰੋਟੈਕਟ ਨਹੀਂ ਕਰਾਂਗੇ ਤਾਂ ਇੰਟਰਨੈਸ਼ਨਲ ਲੈਵਲ 'ਤੇ ਜਿਹੜੀਆਂ ਸਬਸਿਡੀਜ਼ ਦਿੱਤੀਆਂ ਜਾ ਰਹੀਆਂ ਅਮੈਰੀਕਾ ਕੁਛ ਹੋਰ ਕੰਟਰੀ ਦੇ ਵਿੱਚ, ਤਾਂ ਸਾਡਾ ਕਿਸਾਨ ਤਾਂ ਕਿਤੇ ਮੁਕਾਬਲੇ 'ਚ ਆ ਹੀ ਨਹੀਂ ਸਕਦਾ। ਇਹੀ ਤਾਂ ਹੋ ਰਿਹਾ, WTO ਦੇ ਵਿੱਚ ਤੁਸੀਂ ਅਗਰ ਦੇਖਦੇ ਹੋ, ਅਮੈਰੀਕਾ ਔਰ ਯੂਰਪ ਨੇ ਆਪਣਾ ਐਗਰੀਕਲਚਰ ਤਾਂ ਪੂਰਾ ਪ੍ਰੋਟੈਕਟ ਕੀਤਾ, ਦੋਨੋਂ ਕੰਟਰੀਆਂ ਵਿੱਚ ਮੈਸਿਵ ਸਬਸਿਡੀ ਮਿਲਦੀ ਹੈ। ਹੁਣ ਦੇਖ ਲਓ ਅਮੈਰੀਕਾ ਦੀ ਸਬਸਿਡੀ ਦੇਖ ਲਈਏ, ਅਮੈਰੀਕਾ ਵਿੱਚ 2014 ਦਾ ਜਿਹੜਾ ਫਾਰਮ ਬਿੱਲ ਆਉਂਦਾ, ਇੱਕ ਫਾਰਮ ਬਿੱਲ ਆਉਂਦਾ 5 ਸਾਲ ਵਾਸਤੇ ਜੀ ਜੀ, ਇਸ ਵਾਰੀ ਉਹਨਾਂ ਨੇ 10 ਸਾਲ ਵਾਸਤੇ ਕਰਤਾ। ਅਗਲੇ 10 ਸਾਲਾਂ ਵਾਸਤੇ ਅਮੈਰੀਕਾ ਵਿਲ ਪ੍ਰੋਵਾਈਡ $962 billion, ਯਾਨੀ ਤਕਰੀਬਨ $1 trillion ਜਿਹੜਾ ਹੈਗਾ ਉਹ ਐਗਰੀਕਲਚਰ ਦੀ ਸਬਸਿਡੀਜ਼ ਜਾਂ ਸਹੂਲਤਾਂ ਵਾਸਤੇ ਜਾਏਗਾ। ਔਰ ਸਾਡੀ ਕੰਟਰੀ ਵਿੱਚ ਤੁਸੀਂ ਦੇਖੋ ਹਾਲ ਕੀ ਹੈ, ਜੇ ਸਾਡਾ ਵੀ ਕਿਸਾਨ ਜਿੰਨਾ ਪੈਸਾ ਉੱਥੇ ਮਿਲਦਾ ਉਨਾ ਮਿਲੇਗਾ, ਸਾਡਾ ਵੀ ਕਿਸਾਨ ਪ੍ਰੋਗਰੈਸ ਕਰੇਗਾ, ਲੇਕਿਨ ਹੁਣ ਸਾਡੇ ਉੱਪਰ ਦਬਾਅ ਇਹ ਹੈਗਾ ਕਿ ਤੁਸੀਂ ਆਪਣੇ ਡਿਊਟੀਜ਼ ਨੂੰ ਘੱਟ ਕਰੋ, ਅਮੈਰੀਕਾ ਤੋਂ ਤੁਸੀਂ ਸਸਤਾ ਅਨਾਜ ਲਓ, ਇਹੀ WTO
तो साढ़े किसान नू तुसी कहंदे हो कि साढ़े मतलब जरूरी है कंपीटिटिव बनना चाहिए ग्लोबली साढ़े इकोनॉमिस्ट कहंदे है उधर दे इकोनॉमिस्ट कहंदे नहीं असी अपने किसान नू बचाना चाहते हैं कितों कितों मुकाबले जिहड़ा हैगा स्टैंड जिहड़ा हैगा कर पाओगे जिहड़ा हैगा ये जो डॉक्टर साहब साढ़े को समा भी घट है असं यह भी जानना चाहेंगे कि जिदा स्टेट्स जिहड़ियां हैगियां सेंटर नू ब्लेम कर दियां रहिंदियां सेंटर कहंदा कि नहीं स्टेट्स दे इदां दे मुद्दे ते लगता नहीं कि चाहे स्टेट्स है चाहे सेंटर है उन्होंने मिल के कोई ना कोई इस मुद्दे उत्ते किसान बचाने के लिए कोई ठोस उपराला करना चाहिए। सिद्धू साहब मैंने लगता है कि बड़ी जिम्मेवारी तो केंद्र सरकार की है ओके क्योंकि एग्रीकल्चर प्राइस पॉलिसी उन्होंने हाथ च है इनपुट्स की प्राइस उन्होंने हाथ जी जी पर स्टेट्स का भी बनता है कि अपने किसान लिए लड़न अपने केस प्लीड कर जी जी इसलिए दोनों धिर जगिया ये बारे सोचन तो देश की अनाज सुरक्षा लिए भी सोच देश बारे भी सोच ओके दुद्ध जी अं संखेप कमेंट्स अं लेना चाहेंगे कि स्टेट्स से जो सेंटर की गल करते हैं रिसपोंसीबिलिटी दोनों किस लैवल से निभाने की लड़ है गल है कि जो जिस पहले आप गल कर चुके हैं कि भाई फुटबॉल खेलना तो खेलते रहो जी जी किसी ब्लेम करते रहो ब्लेम करते रहो लेकिन जरा चीफ मिनिस्टर 10 साल या 5 साल रह जाता है वो कभी जस्टिफाई नहीं कर सकता कि मैं अगर करना चाहता तो मैं नहीं कर पाया जी जी करना चाहे तो कर सकते हैं जब इंडस्ट्री को सारा कुछ कर सकते हैं तो मैं समझ नहीं आता एग्रीकल्चर वास्ते क्यों नहीं कर सकते इंडस्ट्री भी जरा है स्टेट सब्जेक्ट है एग्रीकल्चर भी स्टेट सब्जेक्ट है इंडस्ट्री भी सेंटर के हाथ में हैगी है एग्रीकल्चर भी सेंटर जी जी पंजाब की गल देख लो पिछले 5 साल 900 करोड़ रुपए की कारपोरेट टैक्स माफ किए गए है पंजाब जो तुम 900 करोड़ रुपए टैक्स माफ कर सकते हो 900 करोड़ रुपए एग्रीकल्चर क्यों नहीं लगा सकते गल करते हैं किसानों की दविंदर जी थैंक यू वेरी मच सूँ समा इजाजत नहीं दे रहा असी अपने मेहमानों के नाल भूमि अधिग्रहण तो बाकी जिहड़े किसानी नाल जुड़े मुद्दों से दो पड़ा भी चर्चा की है ये बारे कोई दो राय नहीं जिदा साडे मेहमानों ने भी कहा है कि इस वेले देश का किसान एक बहुत वड्डे संकट के विचों दी लंघ रहा है तो ये चाहे स्टेट्स की गल है चाहे सेंटर की गल है दोनों नूं मिल के कोई ना कोई ठोस नीतियां च तब्दीली करन दी लोड़ है जिथे किसानों नूं घट्टो घट्ट उन्हां दे लाहेवंद भाव मिल सकन तो नाल ही जिहड़ी कि मार्केट दे विच किसान दी जिहड़ी नीलामियां रुक सके जिदा डॉक्टर साहब का कहना है सही है कि भूमि अधिग्रहण बिल शायद ना आए तो यह भी है तो जे बिल रुक जाता है तो ये घट्टो घट इन्नी गल तो जरूर है कि किसान की जमीन जिहड़ी हैगी है जबरी तो जिहड़ी नहीं लई जा सकेगी पर केवल इन्ना होने के नाल ही किसान दीयां खुदकशियां तो उसकी बर्बादी नूं नहीं रोका जा सकता उसके लिए बहुत स्टैप्स लैण की जरूरत है इन्हां सारे मामलों चर्चा च शामिल होने के लिए मैं दविंदर शर्मा जी डॉक्टर ज्ञान सिंह मैं अपने दोनों मेहमानों का धन्यवादी हैं और साढ़े प्रोग्राम के बारे कोई भी अपनी राय देने लिए दर्शकों लिए साढ़े प्रोग्राम का पता है जगतार सिद्धू @ globalpunjabtv.com